ਕਿਸਾਨੀ ਅੰਦੋਲਨ ਦੀ ਹਰ ਇੱਕ ਤਸਵੀਰ ਤੁਹਾਨੂੰ ਦਿਖਾਉਂਦੇ ਹਾਂ ਅਤੇ ਤੁਹਾਨੂੰ ਅੱਜ ਇੱਕ ਅਜੀਬ ਤਸਵੀਰ ਵੀ ਦਿਖਾਉਣ ਲੱਗੇ ਹਾਂ, ਜਿਸ ਤਰੀਕੇ ਨਾਲ ਕਿਸਾਨਾਂ ਨੇ ਆਪਣੀਆਂ ਟਰਾਲੀਆਂ ਦੇ ਵਿੱਚ ਆਪਣੇ ਘਰ ਆਪਣੇ ਕਮਰੇ ਸਜਾ ਰੱਖੇ ਨੇ, ਤਾਂ ਉਸੇ ਤਰੀਕੇ ਦੇ ਨਾਲ ਇਹ ਵੀ ਤਸਵੀਰ ਦੇਖ ਸਕਦੇ ਹੋ ਕਿ ਕਿਸਾਨਾਂ ਨੇ ਆਪਣੀ ਟਰਾਲੀ ਦੇ ਵਿੱਚ ਜਿਹੜੀ ਹੈਗੀ ਆ ਪੂਰੀ ਭੱਠੀ ਲਗਾ ਕੇ ਜਿਹੜੀ ਆ ਪਕੌੜਿਆਂ ਦੀ ਰਸੋਈ ਬਣਾ ਰੱਖੀ ਆ। ਪਕੌੜਿਆਂ ਦਾ ਲੰਗਰ ਲਗਾਤਾਰ ਕਿਸਾਨਾਂ ਦੇ ਵੱਲੋਂ ਖਨੌਰੀ ਬਾਰਡਰ ਦੇ ਉੱਪਰ ਚਲਾਇਆ ਜਾ ਰਿਹਾ। ਤਸਵੀਰਾਂ ਦੇਖ ਸਕਦੇ ਹੋ ਕਿ ਕਿਸਾਨਾਂ ਦੇ ਵੱਲੋਂ ਆਪਣੀ ਟਰਾਲੀ ਦੇ ਵਿੱਚ ਇਹ ਜਿਹੜਾ ਪੂਰਾ ਦਾ ਪੂਰਾ ਸੈਟਅਪ ਆ ਉਹ ਲਗਾਇਆ ਜਾ ਗਿਆ। ਤਕਰੀਬਨ 3 ਕਿਲੋਮੀਟਰ ਤੱਕ ਜਿਹੜੀ ਇਹ ਟਰਾਲੀ ਆ ਚੱਕਰ ਲਗਾਉਂਦੀ ਰਹਿੰਦੀ ਆ ਅਲੱਗ ਅਲੱਗ ਜਗ੍ਹਾਵਾਂ ਦੇ ਉੱਪਰ ਜਾ ਕੇ ਕਿਸਾਨਾਂ ਨੂੰ ਜਿਹੜੇ ਹੈਗੇ ਨੇ ਪਕੌੜਿਆਂ ਦਾ ਜਿਹੜਾ ਲੰਗਰ ਆ ਉਹ ਵਰਤਾਇਆ ਜਾਂਦਾ ਦਿੱਤਾ ਜਾਂਦਾ। ਤਸਵੀਰਾਂ ਦੇਖ ਸਕਦੇ ਹੋ ਕਿ ਹਰ ਇੱਕ ਤਰੀਕੇ ਦੀ ਜਿਹੜੀ ਸੇਵਾ ਭਾਵਨਾ ਹੈਗੀ ਆ ਕਿਸਾਨਾਂ ਦੇ ਵਿੱਚ ਅਤੇ ਲਗਾਤਾਰ ਬਾਰਡਰਾਂ ਦੇ ਉੱਪਰ ਹਰ ਇੱਕ ਤਰੀਕੇ ਦਾ ਜਿਹੜਾ ਹੈਗਾ ਲੰਗਰ ਆ ਉਹ ਵਰਤਾਇਆ ਜਾ ਰਿਹਾ। ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕਰਦੇ ਹਾਂ ਕਿ ਕਿਸ ਤਰੀਕੇ ਦਾ ਜਿਹੜਾ ਹੈਗਾ ਮਾਹੌਲ ਇੱਥੇ ਬਣਿਆ ਹੋਇਆ ਬਾਈ ਜੀ। ਕਿੱਥੋਂ ਆਪਾਂ ਝਿੱਚੜ ਵਾਲਾ ਪਿੰਡ ਸਾਡਾ ਜੀ। ਕਿਸ ਤਰੀਕੇ ਨਾਲ ਦੇਖਦੇ ਹੋ ਕਿੱਥੋਂ ਆਏ ਹੋ ਅਤੇ ਮੌਜੂਦਾ ਹਾਲਾਤ ਕਿਵੇਂ ਬਣੇ ਹੋਏ ਨੇ? ਤੁਸੀਂ ਟਰਾਲੀ ਦੇ ਵਿੱਚ ਸਾਰੀ ਫੀਡਿੰਗ ਕਰ ਰੱਖੀ ਆ, ਇਹ ਚੀਜ਼ ਕਿਵੇਂ ਸੋਚੀ ਆਪਣੇ? ਦੇਖੋ ਜੀ, ਅਸੀਂ ਪਿੰਡੋਂ ਪਲਾਨ ਕਰਕੇ ਤੁਰਿਆਂ ਵੀ ਅਸੀਂ ਹਰ ਇੱਕ ਨੂੰ ਲੰਗਰ ਛਕਾਉਣਾ, ਜਿਹੜੇ ਇੰਨੀ ਦੂਰੋਂ ਦੂਰੋਂ ਚੱਲ ਕੇ ਆਏ ਆ ਵੀ ਸਾਡੇ ਸਾਰੇ ਨਗਰ ਦਾ ਸਹਿਯੋਗ ਆ ਅਤੇ ਅਸੀਂ ਸਵੀਰ ਟਰਾਲੀ 'ਚ ਸਾਰਾ ਫਿੱਟ ਕੀਤਾ। ਇੱਕ ਸਾਡੇ ਕੋਲ ਪਿਕਅਪ ਗੱਡੀ ਆ ਜੀ, ਕਦੇ ਅਸੀਂ ਉੱਥੇ ਲੰਗਰ ਲੈ ਕੇ ਆਉਣਾ, ਕਦੇ ਟਰਾਲੀ 'ਚ ਲੈ ਕੇ ਆਉਣਾ ਆ ਜੀ। ਹੁਣ ਭੱਠੀ ਜਿਹੜੀ ਉਹ ਟਰਾਲੀ ਚੱਲਦੀ ਆ, ਸਮਾਨ ਨਾਲ ਨਾਲ ਗੱਡੀ ਚੱਲਦੀ? ਹਾਂਜੀ, ਪਿਕਅਪ ਗੱਡੀ ਦੇ ਪਿੱਛੇ ਸਾਡਾ ਹੋਰ ਸਮਾਨ ਆ ਰਿਹਾ, ਜਿਵੇਂ ਮੰਨ ਲਓ ਵੀ ਸਮਾਨ ਸਾਰਾ ਟਰਾਲੀ 'ਤੇ ਨਹੀਂ ਆ ਸਕਦਾ, ਪਿੰਡੋਂ ਬਾਕੀ ਸਮਾਨ ਸਾਡਾ ਪਿਕਅਪ ਗੱਡੀ 'ਤੇ ਲੈ ਆਉਂਦੇ ਆ। ਬਾਕੀ ਦਾ ਲੰਗਰ ਇੱਕ ਜਗ੍ਹਾ ਹੁੰਦੇ ਨੇ, ਤੁਹਾਡਾ ਚੱਲਦਾ ਫਿਰਦਾ ਲੰਗਰ ਹੈ? ਲੰਗਰ ਹਾਂਜੀ, ਅਸੀਂ ਪਿੱਛੋਂ ਸ਼ੁਰੂ ਹੋਏ ਹਾਂ, ਹੁਣ ਸਿਰੇ ਤੱਕ ਜਾਣਾ, ਸਾਰਿਆਂ ਨੂੰ ਲੰਗਰ ਛਕਾ ਕੇ ਜਾਂਦੇ ਹਾਂ, ਨਹੀਂ ਤਾਂ ਆਮ ਇੱਕ ਜਗ੍ਹਾ ਲੰਗਰ ਲੱਗਾ ਵਾ। ਅਸੀਂ ਟਰਾਲੀ 'ਤੇ ਸਾਰਾ ਸਮਾਨ ਫਿੱਟ ਕੀਤਾ ਜੀ, ਸਾਰਿਆਂ ਨੂੰ ਹੀ ਲੰਗਰ ਛਕਾਉਣੇ ਅਸੀਂ, ਨਾਲ ਦੇ ਨਾਲ ਗਰਮ ਗਰਮ ਪਕੌੜੇ ਬਣੀ ਜਾਣਗੇ, ਨਾਲ ਦੇ ਨਾਲ ਤੁਸੀਂ ਵਰਤਾਈ ਜਾਂਦੇ ਵਰਤਾਈ ਜਾਂਦੇ। ਸਾਡਾ 13 ਤਰੀਕ ਤੋਂ ਇੱਥੇ ਲੰਗਰ ਚੱਲ ਰਿਹਾ, ਕਦੇ ਮੱਠੀਆਂ ਦਾ, ਕਦੇ ਚੌਲਾਂ ਦਾ ਜੀ, ਕਦੇ ਐਵੇਂ ਕਰਕੇ ਬਦਲ ਬਦਲ ਕੇ ਡੇਲੀ ਲੰਗਰ ਲੈ ਕੇ ਆਉਣੇ ਅਸੀਂ। ਬਾਈ ਜੀ, ਕਿੰਨੇ ਕੁ ਇਲਾਕੇ 'ਚ ਫਿਰ ਜਾਂਦੇ ਰੋਜ਼? ਬਸ ਇੱਥੇ ਹੀ ਆਉਂਦੇ ਹਾਂ ਜੀ। ਇੱਥੇ ਪਰ ਇੱਕ ਗੱਲ ਹੈ, ਅਸੀਂ ਰੋਕਦੇ ਪੁਲਿਸ ਵਾਲਿਆਂ ਨੂੰ ਵੀ ਗੋਨੀ ਕੇ, ਨਾਲੇ ਕੁੱਟਦੇ ਨੇ ਨਾਲੇ ਪਕੌੜੇ ਖਾਂਦੇ ਨੇ ਸਾਡੇ। ਆ ਬਾਈ, ਇੱਧਰ ਤਸਵੀਰ ਦਿਖਾਉਂਗੇ, ਜਿਹੜੇ ਪੁਲਿਸ ਮੁਲਾਜ਼ਮ ਨੇ ਉਹ ਵੀ ਲੰਗਰ ਦੇ ਵਿੱਚ ਆ ਕੇ ਆਪਣਾ ਨਾਲ ਜਿਹੜਾ ਹੈਗਾ ਯੋਗਦਾਨ ਪਾ ਰਹੇ ਨੇ ਪੂਰਾ ਵਧੀਆ ਤਰੀਕੇ ਦੇ ਨਾਲ। ਤਸਵੀਰਾਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ, ਦੇਖਦੇ ਹੋ ਰਲਵਾਂ ਮਿਲਵਾਂ ਯੋਗਦਾਨ ਚੱਲਦਾ। ਫਿਰ ਜਿਹੜੇ ਜਦੋਂ ਮਾਹੌਲ ਗਰਮ ਹੁੰਦਾ ਤਾਂ ਇਹੀ ਪੁਲਿਸ ਕਰਮੀ ਨਾਲ ਲੜਾਈ ਆ, ਹੁਣ ਇਹੀ ਪੁਲਿਸ ਕਰਮੀ ਲੰਗਰ ਛਕਦੇ ਨੇ। ਇਹ ਤਾਂ ਆਈ, ਅਸੀਂ ਸਾਰਿਆਂ ਨੂੰ ਛਕਾਉਂਦੇ ਹਾਂ, ਹੁਣ ਸਾਡੇ ਤੋਂ ਲੰਗਰ ਖਾਂਦੇ ਮੁੜ ਕੇ ਇਹੀ ਸਾਨੂੰ ਡਾਂਗਾ ਮਾਰਦੇ ਆਈ, ਜਦੋਂ ਅਸੀਂ ਆਪਦੇ ਹੱਕ ਮੰਗਦੇ ਹਾਂ। ਸਾਡਾ ਦਿਲ ਜਿਹੜਾ ਸਿੱਖਾਂ ਦਾ ਦਿਲ ਦਰਿਆ ਆਈ, ਅਸੀਂ ਹਰ ਇੱਕ ਨੂੰ ਇੱਕ ਬਰਾਬਰ ਸਮਝਦੇ ਆਈ, ਭਾਵੇਂ ਸਾਨੂੰ ਡਾਂਗਾ ਹੀ ਮਾਰਦੇ ਹਾਂ, ਇਹ ਬਾਬੇ ਨਾਨਕ ਦਾ ਲੰਗਰ ਹਰ ਇੱਕ ਨੂੰ ਅਸੀਂ ਛਕਾਉਂਦੇ ਆਈ। ਬਿਲਕੁਲ ਚੱਲਦਾ ਚਲਾਉਂਦਾ ਜਿਹੜਾ ਲੰਗਰ ਆ ਪਕੌੜਿਆਂ ਦਾ ਉਹ ਚੱਲ ਰਿਹਾ, ਤਾਂ ਲਗਾਤਾਰ ਹਰ ਇੱਕ ਅਲੱਗ ਜਗ੍ਹਾ ਦੇ ਉੱਪਰ ਜੇ ਟਰਾਲੀ ਆ ਜਾਈ ਜਾਊਗੀ ਤੇ ਲੋਕਾਂ ਨੂੰ ਗਰਮ ਗਰਮ ਪਕੌੜੇ ਖਵਾਈ ਜਾਊਂਗੇ। ਬਾਬੂ ਜੀ, ਆਹ ਚੀਜ਼ ਕਿਵੇਂ ਦੇਖਦੇ ਹੋ? ਲੰਗਰ ਤਾਂ ਅਸੀਂ ਖੜੇ ਬਥੇਰੇ ਦੇਖੇ ਨੇ, ਚੱਲਦੀ ਟਰਾਲੀ 'ਚ ਸਾਰਾ ਸਮਾਨ ਫਿੱਟ ਕਰ ਰੱਖਿਆ। ਇਹ ਜੀ ਪਰਮੇਸ਼ਰ ਹੀ ਕਰਨ ਵਾਲਾ, ਇਹਨਾਂ ਲੋਕਾਂ ਨੇ ਤਿਲ ਫੁੱਲ ਦੇ ਨਾਲ ਹੀ ਸਭ ਕੁਝ ਚੱਲ ਰਿਹਾ। ਬਾਕੀ ਸਾਨੂੰ ਕੁੱਟਦੇ ਵੀ ਆ ਅਤੇ ਅਸੀਂ ਖਵਾਉਣੇ ਵੀ ਆ। ਇਹ ਗੁਰੂ ਨਾਨਕ ਸਾਹਿਬ ਨੇ ਵੀ ਆਖਿਆ ਵੀ ਦੁਸ਼ਮਣ ਨੂੰ ਵੀ ਦਿਓ। ਮੈਂ ਦੇਖਿਆ ਸਾਰੇ ਜਿਹੜੇ ਪੁਲਿਸ ਮੁਲਾਜ਼ਮ ਨੇ ਚਾਹ ਦੇ ਕੱਪ ਭਰਾ ਭਰਾ ਲੈ ਕੇ ਗਏ ਨੇ ਪਕੌੜੇ ਦੇ ਕੋਨੇ ਲੈ ਕੇ। ਸਾਡਾ ਕੰਮ ਹਰ ਇੱਕ ਨੂੰ ਵਰਤਾਉਣਾ, ਗਰੀਬ ਗੁਰਬਾ ਲੰਗੜਾ ਲੂਲਾ ਕੋਈ ਵੀ ਆ, ਲਗਾਤਾਰ ਇਸੇ ਤਰੀਕੇ ਨਾਲ ਸੇਵਾ ਚੱਲੂ, ਇਸੇ ਤਰੀਕੇ ਨਾਲ ਸੇਵਾ ਚੱਲੂਗੀ। ਗੁਰੂ ਨਾਨਕ ਸਾਹਿਬ ਦੇ ਦੇਸ਼ਾਂ 'ਤੇ ਚੱਲਦੇ ਅਸੀਂ, ਉਹਨਾਂ ਆਪਦੀ ਡਿਊਟੀ ਕਰਨੀ ਆ ਸਾਨੂੰ ਕੁੱਟਣ ਮਾਰਨ ਦੀ, ਅਸਾਂ ਆਪਦੀ ਕਰਨੀ ਆ। ਤਾਂ ਬਿਲਕੁਲ ਜਿੱਥੇ ਕਿਸਾਨੀ ਸੰਘਰਸ਼ ਚੱਲ ਰਿਹਾ ਉੱਥੇ ਕਿਸਾਨ ਹਰ ਇੱਕ ਜਗ੍ਹਾ ਦੇ ਉੱਪਰ ਰੌਣਕਾਂ ਲਗਾ ਲੈਂਦੇ ਨੇ। ਖਨੌਰੀ ਬਾਰਡਰ ਜਿੱਥੇ ਵਿਰਾਨਾ ਜਿਹੜਾ ਹੈਗਾ ਪਿਆ ਹੁੰਦਾ, ਪਰ ਹੁਣ ਉਰੇ ਮਹਿਫਲਾਂ ਲੱਗੀਆਂ ਹੋਈਆਂ ਨੇ, ਚੱਲਦੀ ਫਿਲਦੀ ਟਰਾਲੀ ਦੇ ਵਿੱਚ ਜਿਹੜੇ ਹੈਗੇ ਨੇ ਕਿਸਾਨਾਂ ਦਾ ਲੰਗਰ ਚੱਲ ਰਿਹਾ। ਗਰਮ ਗਰਮ ਜਿਹੜੇ ਪਕੌੜੇ ਨੇ ਕਿਸਾਨਾਂ ਦੇ ਬਣੀ ਜਾਂਦੇ ਨੇ ਅਤੇ ਗਰਮ ਗਰਮ ਪਕੌੜੇ ਜਿਹੜੇ ਹੈਗੇ ਨੇ ਕਿਸਾਨ ਅੱਗੇ ਲੋਕਾਂ ਨੂੰ ਵਰਤਾਈ ਜਾਂਦੇ ਨੇ। ਜਿਹੜੀ ਟਰਾਲੀ ਆ, ਇਹ ਟਰਾਲੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਪੂਰੇ ਇਲਾਕੇ ਦੇ ਵਿੱਚ ਜਾਂਦੀ ਹੈ ਅਤੇ ਲੋਕਾਂ ਨੂੰ ਗਰਮ ਗਰਮ ਜਿਹੜੇ ਪਕੌੜੇ ਨੇ ਉਹ ਛਕਾਉਂਦੇ ਜਾਂਦੇ ਨੇ। ਚਰਨਜੀਤ ਕੌਸ਼ਲ, ਖਨੌਰੀ ਬਾਰਡਰ ਤੋਂ ਸੰਗਰੂਰ।